ਮੈਂ ਤਾਂ ਇੱਕ ਬੰਦੇ ਦਾ ਨਾਮ ਲੈਂਦਾ ਭਗਵੰਤ ਮਾਨ ਹੈ ਸਭ ਕੁਛ। ਇੱਥੇ ਕੋਈ ਆਮ ਪਾਰਟੀ ਨਹੀਂ, ਕੋਈ ਇੱਥੇ ਸਰਕਾਰ ਨਹੀਂ, ਕੋਈ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਸਰਕਾਰ ਦੀ, ਇਕੱਲੇ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੈ। ਜਿਹਨੂੰ ਉਹ ਚਾਹੂਗਾ ਉਸੇ ਨੂੰ ਉਹ ਫੜ ਲੈਂਦੇ ਆ, ਉਸੇ ਨੂੰ ਕਰ ਲੈਂਦੇ ਆ, ਉਸੇ 'ਤੇ ਕੇਸ ਬਣਾ ਦਿੰਦੇ ਆ। ਉਹ ਇਕੱਲਾ ਬੰਦਾ ਕੇਸ ਬਣਾਉਣ ਵਾਲਾ, ਕੰਦਾ ਇਕੱਲਾ ਬੰਦਾ ਅੰਦਰ ਭੇਜਣ ਵਾਲਾ, ਇਕੱਲਾ ਬੰਦਾ ਜ਼ਹਿਰ ਦੇਣ ਵਾਲਾ, ਇਕੱਲਾ ਬੰਦਾ ਉਹ ਡਿਵਾਈਸਿਜ਼ ਫਿੱਟ ਕਰਨ ਵਾਲਾ, ਇਕੱਲਾ ਬੰਦਾ ਉਹ ਹੈ, ਉਹ ਕੱਲਮ ਇਕੱਲਾ ਵੀ ਜ਼ਿੰਮੇਵਾਰੀ ਇਕੱਲੇ 'ਤੇ ਹੈ। ਜਿਹੜਾ ਮੈਂ ਪੁਆਇੰਟ ਲਿਆਉਣਾ ਚਾਹੁੰਦਾ, ਭਗਵੰਤ ਮਾਨ 'ਤੇ ਜ਼ਿੰਮੇਵਾਰੀ ਹੈ, ਜਿਹੜੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਉਹ ਸਿੱਧੇ ਤੌਰ 'ਤੇ ਭਗਵੰਤ ਮਾਨ 'ਤੇ ਹੈ। ਬਾਕੀ ਉਹਦੇ ਨੌਕਰ ਨੇ, ਕੋਈ ਵਜ਼ੀਰ ਨਹੀਂ, ਕੋਈ ਹੋਰ ਨਹੀਂ ਹੈ। ਸਾਰੇ ਵਜ਼ੀਰ ਵਜ਼ੂਰ ਜਿਹੜੇ ਭਗਵੰਤ ਮਾਨ ਦੇ ਫਿਰਦੇ ਆ, ਉਹਦੇ ਨੌਕਰ ਨੇ। ਇਹਨਾਂ ਦੀ ਆਵਾਜ਼ ਨਹੀਂ ਹੈ ਭਗਵੰਤ ਮਾਨ ਦੇ, ਅੱਜ ਤੱਕ ਇਹ ਗੱਲ ਹੋਈ ਨਹੀਂ ਕਦੇ ਇੱਥੇ ਹੋਇਆ। ਇਹ ਸੋ ਉਹਨਾਂ ਦੇ ਜੋ ਕੁਛ ਵੀ ਹੋਊਗਾ ਸਿੱਧ ਇਤਿਹਾਸ 'ਚ, ਉਹ ਇਕੱਲਾ ਭਗਵੰਤ ਮਾਨ ਕਰਾ ਰਹੇ। ਵੀ ਡਿਬਰੂਗੜ੍ਹ ਉਹਨਾਂ ਨੇ ਕੈਦ ਕਿਉਂ ਕਰੇ? ਦੇਖੋ, ਪੰਜਾਬ ਦੀ ਉਹ ਦੇ ਘਰ ਖੇਤਰ 'ਚ ਨਹੀਂ ਆਉਂਦਾ, ਜੁਰਡਿਕਸ਼ਨ 'ਚ ਨਹੀਂ ਆਉਂਦਾ। ਫਿਰ ਉੱਥੋਂ ਦੀ ਜਿਹੜੀ ਸਰਕਾਰ ਦੇ ਜਿਹੜੀ ਆ, ਕਿਉਂ ਮੰਨੀ ਭਗਵੰਤ ਮਾਨ ਦੀ ਵੀ ਉਹ ਡਿਬਰੂਗੜ੍ਹ ਜੇਲ੍ਹ 'ਚ ਕਰਨ? ਸੈਂਟਰ ਨੇ ਤਾਂ ਐੱਨ ਐੱਸ ਏ ਲਾਇਆ ਨਹੀਂ, ਐੱਨ ਐੱਸ ਏ ਤਾਂ ਭਗਵੰਤ ਮਾਨ ਨੇ ਲਾਇਆ, ਉਹ ਡਿਬਰੂਗੜ੍ਹ ਕਿਉਂ ਭੇਜਤੇ? ਉਹ ਜ਼ਿੰਮੇਵਾਰ ਤਾਂ ਹੋਣ ਨਾ ਜੀ। ਹੁਣ ਜੇ ਇੱਥੇ ਇੱਥੋਂ ਦੀ ਜੇਲ੍ਹ ਹੋਵੇ, ਉਹ ਤਾਂ ਪਹਿਲੀ ਉਹਨੇ ਆਪਣੀ ਜੇਲ੍ਹ ਉਹਨਾਂ ਨੇ ਬਿਨਾਂ ਕਿਰਾਏ ਤੋਂ ਦੇਤੀ, ਬਿਨਾਂ ਕਿਰਾਏ ਤੋਂ ਉਹਨਾਂ ਨੇ ਜੇਲ੍ਹ ਦੇਤੀ ਇਹਨਾਂ ਨੂੰ, ਭਗਵੰਤ ਨੂੰ ਦੇਤੀ। ਉਹ ਕੇ ਉਹ ਉੱਥੇ ਜਾ ਕੇ ਫਿਰ ਇਹ ਗੱਲ ਕਹੂਗਾ ਕਿ ਜੀ ਜੇਲ੍ਹ ਦੀ ਨੈਗਲੀਜੈਂਸ ਹੈ। ਜੇ ਜ਼ਹਿਰ ਦਿੱਤੀ ਗਈ, ਉਹ ਐਡਮਿਨਿਸਟ੍ਰੇਸ਼ਨ ਤਾਂ ਜੇਲ੍ਹ ਦਾ ਹੀ ਪ੍ਰਬੰਧਕ ਹੈ ਨਾ ਉੱਥੋਂ ਦਾ, ਆਸਾਮ ਦੀ ਦਾ, ਉਹ ਵੀ ਉਹ ਦਿੱਤੀ ਗਈ। ਜੇ ਪੰਜਾਬ ਦੇ ਵਿੱਚ ਜ਼ਹਿਰ ਦਿੱਤਾ ਜਾਊ, ਭਾਵੇਂ ਆਸਾਨੀ ਨਾਲ ਦੇ ਦਿਉ, ਉਹਦੇ ਲਈ ਭਗਵੰਤ ਤਾਂ ਜ਼ਿੰਮੇਵਾਰ ਹੈ, ਭਗਵੰਤ ਮੁੱਖ ਮੰਤਰੀ ਹੈ। ਭਗਵੰਤ ਕਿਵੇਂ ਐਸਕੇਪ ਕਰੂ? ਅਸੀਂ ਦੋਸ਼ ਇਹਦੇ 'ਤੇ ਪਹਿਲਾਂ ਹੀ ਲਾਤਾ, ਕੱਲ੍ਹ ਨੂੰ ਇਹ ਦੇ ਪੰਜਾਬ 'ਤੇ, ਅਸੀਂ ਕਹਿੰਦੇ ਹਾਂ ਵੀ ਅਸੀਂ ਸੋਮਲੈਂਡ 'ਤੇ ਨਹੀਂ, ਅਸੀਂ ਤਾਂ ਭਗਵੰਤ ਮਾਨ 'ਤੇ ਚੜ੍ਹਨਾ। ਸੋਮਲੈਂਡ ਉਹਦਾ ਨੌਕਰ ਹੋਊਗਾ ਅਤੇ ਉਹ ਭਗਵੰਤ ਦੇ ਚਾਹੇ 'ਤੇ ਜਾਊ, ਤਾਂ ਇੱਥੇ ਭਗਵੰਤ ਸਿੱਧੀ ਜ਼ਿੰਮੇਵਾਰੀ ਲਵੇ। ਕੱਲ੍ਹ ਨੂੰ ਇਤਿਹਾਸ 'ਚ ਤਾਂ ਨਾਂ ਲਿਖਿਆ ਜਾਊ ਵੀ ਭਗਵੰਤ ਮਾਨ ਨੇ ਕਰਿਆ। ਇਹ 16 ਫਰਵਰੀ ਨੂੰ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਖੂਨ ਦੇ ਰਿਸ਼ਤੇ 'ਚੋਂ ਮੁਲਾਕਾਤ ਕਰਨ ਲਈ ਉਹ ਕਮਰੇ 'ਚ ਆਏ ਸੀ, ਜਿਹੜਾ ਮੁਲਾਕਾਤੀਆਂ ਲਈ ਕਮਰਾ ਲਹਿਦਾ ਫਿਕਸ ਹੁੰਦਾ ਉੱਥੇ ਵਿੱਚ ਜੇਲ੍ਹ ਦੇ ਅੰਦਰ। ਤਾਂ ਜਦੋਂ ਇਹ ਵਾਪਸ ਗਏ ਤਾਂ ਉਸ ਸਮੇਂ ਕੁਛ ਬਲਬ ਲੱਗੇ ਹੋਏ ਸੀ ਇਹਨਾਂ ਦੇ ਬਾਥਰੂਮ 'ਚ ਵੀ ਅਤੇ ਇਹਨਾਂ ਦੀ ਜਿਹੜੀ ਬੈਰਕ ਦੇ ਵਿੱਚ ਵੀ, ਕਿਉਂਕਿ ਆਪ ਇਹ ਚੰਗੇ ਸਾਰਾ ਕੁਝ ਜਾਣਦੇ ਆ ਇਹਦੀ ਮਤਲਬ ਵਿਗਿਆਨਕ ਜਿਹੜੀ ਆ ਸੈਂਟੀਫਿਕ, ਅਤੇ ਇਹਨਾਂ ਨੇ ਉਹਨੂੰ ਚੈੱਕ ਕੀਤਾ ਜਦੋਂ ਤਾਂ ਉਹ ਸੀਕ੍ਰੇਟ ਕੈਮਰੇ ਸੀ ਜਿਹੜੇ ਉੱਥੇ ਲਾਏ ਸੀ, ਅਤੇ ਟੇਪ ਰਿਕਾਰਡਰ ਸੀ ਅਤੇ ਫੋਨ ਲਾਏ ਸੀ ਜਿਨ੍ਹਾਂ 'ਚ ਰਿਕਾਰਡਿੰਗ ਜਿਹੜਾ ਰਿਕਾਰਡਰ ਹੁੰਦਾ ਉਹ ਫਿਕਸ ਹੁੰਦਾ ਹੈ। ਇਹਨਾਂ ਨੇ ਨਾਲ ਦੀ ਨਾਲ ਸੁਪਰਿੰਟੈਂਡੈਂਟ ਜੇਲ੍ਹ ਨੂੰ ਬੁਲਾਇਆ, ਉਹ ਸਾਰਾ ਜੇਲ੍ਹ ਸਟਾਫ ਪਹੁੰਚਿਆ। ਉਹਨਾਂ ਨੇ ਕਿਹਾ ਜੀ ਮੇਰੇ ਬਾਥਰੂਮ 'ਚ ਵੀ ਮੇਰੇ ਹੋਰ ਵੀ ਇਹ ਕੈਮਰੇ ਲਾਏ ਹੋਏ ਨੇ, ਇੱਥੇ ਉਹ ਲਾਇਆ ਅਤੇ ਨਾਲ ਦੇ ਜਿਹੜੇ ਹੋਰ ਸਿੰਘਾਂ ਦੀਆਂ ਬੈਰਕਾਂ ਸੀ ਉਹ ਦੇਖਿਆ, ਉਹਨਾਂ 'ਚ ਵੀ ਉਹੀ ਲਾਏ ਹੋਏ ਸੀ, ਸਾਰਿਆਂ ਦੇ ਵਿੱਚੋਂ ਕਵਰੇਜ ਹੋ। ਇਹਨਾਂ ਨੇ ਆਹ ਲੈਟਰ ਪੋਸਟਕਾਰਡ ਕਰਾਉਣ ਗਿਆ, ਤੁਹਾਨੂੰ ਮੈਂ ਸਾਰਿਆਂ ਨੂੰ ਦਿਊ ਆਹ ਲੈਟਰ, ਇਹ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥ ਨਾਲ ਲਿਖਿਆ ਹੋਇਆ ਅਤੇ ਇਹ ਅੰਗਰੇਜ਼ੀ 'ਚ ਲਿਖਿਆ ਹੋਇਆ। ਇਹ ਐਡਰੈਸਡ ਹੈ ਡੀ ਸੀ ਅੰਮ੍ਰਿਤਸਰ ਨੂੰ ਅਤੇ ਦਿੱਤਾ ਗਿਆ ਇਹ ਸੁਪਰਡੈਂਟ ਜੇਲ੍ਹ ਡਿਬਰੂਗੜ੍ਹ ਨੂੰ। ਉਹਨਾਂ ਨੇ ਕਿਹਾ ਕਿ ਆਹ ਡਿਵਾਈਸਿਜ, ਉਹਨਾਂ ਨੇ ਨੰਬਰ ਵਾਰ ਲਿਖਤਾ, ਉਹਦਾ ਨੰਬਰ ਵੀ ਲਿਖਤਾ ਜਿਹੜਾ ਸਮਾਰਟਫੋਨ ਸੀ ਅਤੇ ਹੋਰ ਜਿਹੜੇ ਵਿੱਚ ਲਾਏ ਹੋਏ ਸੀ ਰਿਕਾਰਡਰ 'ਚ ਇਸ ਨੰਬਰ ਦੇ, ਇਹਦਾ ਜਿਹੜਾ ਚਿੱਪ ਨੰਬਰ ਆ ਹੈ ਉਹਦਾ ਆਹ ਲਿਖਿਆ ਹੋਇਆ, ਉਹ ਨੰਬਰ ਜਿਹੜੇ ਹੈ ਉੱਥੇ ਸਾਡੇ ਫਿੱਟ ਕਰਤੇ, ਉਹ ਅਸੀਂ ਰਿਕਵਰ ਕਰ ਲਏ, ਅਸੀਂ ਇਹਨਾਂ ਨੂੰ ਹੈਂਡ ਓਵਰ ਕਰ ਰਹੇ ਹਾਂ।
ਸੁਮਲੈਂਡ ਜੇਲ੍ਹ ਨੂੰ। ਫਿਰ ਉਹਨਾਂ ਨੇ ਕਿਹਾ ਕਿ ਸੁਮਲੈਂਡ ਜੇਲ੍ਹ ਨੂੰ ਹੈਂਡ ਓਵਰ ਨਹੀਂ ਕਰਦੇ, ਸਾਡੇ ਕੋਲ ਤੁਹਾਨੂੰ ਅਸੀਂ ਦੱਸਤਾ, ਇਹ ਜਿਹੜੇ ਸੀਗਾ ਇਹ ਬੜੀ ਵੱਡੀ ਸਾਡੀ ਜਿਹੜੀ ਇਨਫਰਿੰਜਮੈਂਟ ਹੈ ਪ੍ਰਾਈਵੇਸੀ ਦੀ, ਨਿਜਤਾ 'ਤੇ ਬੜਾ ਵੱਡਾ ਹਮਲਾ ਹੈ, ਅਤੇ ਨਿਜਤਾ ਦੀ ਜਿਹੜੀ ਬੜੀ ਵੱਡੀ ਬਰੀਚ ਹੈ। ਅਤੇ ਇਸ ਦੇ ਨਾਲ ਜਿਹੜੀ ਉਹਨਾਂ ਨੇ ਇਹ ਕਿਹਾ ਬਈ ਅਲਫ ਨੰਗਿਆਂ ਦੀ ਜਿਹੜੀ ਹੈ ਫੋਟੋ ਹੈ ਉਹ ਤਾਂ ਜਿਹੜੀ ਪੋਸੀਬਲ ਨਹੀਂ ਹੈ, ਉਹ ਤਾਂ ਕਿਸੇ ਨੇ ਗਲਤ ਕਿਹਾ ਕਿਉਂਕਿ ਸਾਰੇ ਅੰਮ੍ਰਿਤਧਾਰੀ ਨੇ, ਉਸ ਲਈ ਅਲਫ ਨੰਗਿਆਂ ਦੀ ਫੋਟੋ ਤਾਂ ਨਹੀਂ ਸਕਦੀ, ਕਸ਼ਹਿਰਾ ਪਾ ਕੇ ਇਸ਼ਨਾਨ ਕਰਨਗੇ ਜਾਂ ਹੋਰ ਕਰਨਗੇ। ਪਰੰਤੂ ਉਹਦਾ ਇਹ ਸੀ ਕਿ ਉਹਨਾਂ ਦਾ ਜਿਹੜੀ ਗੱਲਬਾਤ ਹੋ ਰਹੀ ਹੈ, ਕਨਵਰਸੇਸ਼ਨ ਹੋ ਰਿਹਾ, ਉਹ ਸਾਰਾ ਉਹਦੇ 'ਚ ਰਿਕਾਰਡਿੰਗ ਹੋਵੇ, ਉਸ ਦੇ ਵਿੱਚ ਪਤਾ ਲੱਗੇ ਵੀ ਕੀ ਗੱਲ ਕਰਦੇ ਆ ਆਪਸ ਵਿੱਚ, ਕੀ ਮਿਲਦੇ ਆ ਆਪਸ ਵਿੱਚ ਬਹਿ ਕੇ, ਕੀ ਕਰਦੇ ਆ, ਅਤੇ ਨਿਜਤਾ ਉਹਨਾਂ ਦੀ ਖਤਮ ਹੋ ਗਈ, ਕੱਪੜੇ ਬਦਲਦਿਆਂ ਦੀ ਵੀ ਹੋਵੇ, ਹੋਰ ਵੀ ਹੋਵੇ, ਕੱਲ੍ਹ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਪਹੁੰਚਾ ਜਿਹੜਾ ਹੁੰਦਾ ਚਸ਼ਹਿਰੇ ਦਾ ਪਾਉਣਾ ਹੁੰਦਾ, ਇੱਕ ਪਹੁੰਚਾ ਲਾਉਣਾ ਹੁੰਦਾ, ਉਹ ਲਾਉਂਦੇ ਵਿੱਚ ਇੱਕ ਹਿੱਸਾ ਨੰਗਾ ਹੋ ਜਾਂਦਾ, ਅਤੇ ਕੱਲ੍ਹ ਨੂੰ ਕਿਸੇ ਨੂੰ ਦਿਖਾਇਆ ਜਾਵੇ ਬਈ ਇਹ ਤਾਂ ਅੰਮ੍ਰਿਤਧਾਰੀ ਜਿਹੜੇ ਨੇ ਇਹ ਤਾਂ ਇਹਨਾਂ ਨੇ ਉਹ ਕਰ ਲਿਆ, ਉਹ ਤੋਂ ਐਡਿਟ ਹੋ ਜਾਂਦੀ ਆ ਉਸ ਗੱਲ 'ਤੇ, ਉਹ ਸਾਰੀਆਂ ਗੱਲਾਂ ਜਿਹੜੀਆਂ ਸੀ ਜੀ ਉਹ ਪੋਸੀਬਲ ਸੀ। ਅਤੇ ਸੁਮਲੈਂਡ ਜੇਲ੍ਹ ਨੇ ਉਹ ਉਸੇ ਸਮੇਂ DC ਅੰਮ੍ਰਿਤਸਰ ਨੂੰ ਜਿਹੜੀ ਆ ਉਹ ਫਾਰਵਰਡ ਕਰਤੀ ਈਮੇਲ 'ਤੇ, ਜਿਹੜੀ ਇਹਨਾਂ ਦੀ ਔਫੀਸ਼ਲ ਈਮੇਲ ਹੈ ਜੇਲ੍ਹ ਦੀ ਈਮੇਲ ਤੋਂ ਅੰਮ੍ਰਿਤਸਰ ਦੇ DC ਦੀ ਈਮੇਲ, ਮੇਰੇ ਕੋਲ ਦੋਵੇਂ ਈਮੇਲਾਂ ਵੀ ਨੇ, ਕਿਉਂਕਿ ਮੈਂ ਵੀ ਕਰਦਾ ਰਹਿਣਾ ਜਦੋਂ ਵਿਜਿਟ ਕਰਨੀ ਹੈ ਤਾਂ ਈਮੇਲ 'ਤੇ ਭੇਜਣਾ ਪੈਂਦੀ ਹੈ ਰਿਕੁਐਸਟ, ਉਹ DC ਅੰਮ੍ਰਿਤਸਰ ਨਾਲ ਉਹ ਕਰਦੇ ਆ, ਉਹ ਉਸ ਨੂੰ ਭੇਜਤੀ। ਅਤੇ 17 ਤਰੀਕ ਨੂੰ ਇਹਨਾਂ ਨੇ ਉਹ ਜਿਹੜੀ ਸੀ ਆਪਣੀ ਮੋਹਰ ਲਾ ਕੇ ਵੀ 16 ਤਰੀਕ ਨੂੰ ਸਾਨੂੰ ਇਹ ਭਾਈ ਅੰਮ੍ਰਿਤਪਾਲ ਸਿੰਘ ਨੇ ਦਿੱਤੀ, ਉਸ ਦੀ ਜਿਹੜੀ ਸੀ ਕਾਪੀ ਜਿਹੜੀ ਸੀ ਉਸ ਦੀ ਇਹਨਾਂ ਨੂੰ ਵਾਪਸ ਕਰਤੀ ਜੇਲ੍ਹ ਸੁਮਲੈਂਡ ਨੇ, ਜੇਲ੍ਹ ਅਥੋਰਿਟੀ ਨੇ, ਵੀ ਆਹ ਅਸੀਂ ਇਹਨਾਂ ਤੋਂ ਰਿਸੀਵ ਕਰਿਆ ਸੀ, ਉਹ ਮੈਂ ਅਸ ਮੋਹਰ ਲੱਗੀ ਹੋਈ ਹੈ ਜਿਹੜੀ ਮੈਂ ਲਿਆਂਦੀ ਹੈ ਤੁਹਾਨੂੰ ਇੱਕ ਕਾਪੀ ਦੇਊਂ, ਅਤੇ ਉਹਦੇ ਮੋਹਰ ਲੱਗੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੇ ਅੰਗਰੇਜ਼ੀ 'ਚ ਲਿਖੀ ਹੋਈ ਹੈ, ਉਹਨਾਂ ਦੇ ਆਪਦੇ ਹੱਥ ਦੀ ਲਿਖਤ ਹੈ ਆਪਦੇ ਪੈੱਨ ਨਾਲ, ਅਤੇ ਉਹ ਇਹਨਾਂ ਨੂੰ ਦਿੱਤੀ ਹੈ ਬਈ ਉਹ ਇਹਨਾਂ ਨੂੰ ਵਾਪਸ ਕਰਤੀ, ਵੀ ਅਸੀਂ 16 ਨੂੰ ਫਾਰਵਰਡ ਕਰਤੀ, ਸਾਨੂੰ 16 ਨੂੰ ਸਬਮਿਟ ਕਰੀ ਸੀ। ਜਦੋਂ ਇਹ ਬਾਹਰ ਆ ਗਈ ਗੱਲ ਤਾਂ 17 ਤਰੀਕ ਨੂੰ, ਕਿਉਂਕਿ DJP ਜਿੱਦੇ ਮੈਂ ਮੁਲਾਕਾਤ ਕੀਤੀ ਆ ਉਦੇ ਵੀ DJP ਸੀ, DJP ਅਸਾਮ ਅਤੇ IG ਜੇਲ੍ਹ ਅਸਾਮ ਉੱਥੇ ਸੀ, ਅਤੇ ਉਹਨਾਂ ਨੇ ਉੱਥੇ 300 ਪੁਲਿਸ ਵਾਲੇ ਨਾਲ ਲਿਆ ਕੇ ਕਿ ਜੀ ਅਸੀਂ ਇਹ ਸਰਚ ਕਰ ਰਹੇ ਹਾਂ ਬੈਰਕਾਂ ਦੀ, ਜਿਹੜੀਆਂ ਡਿਵਾਈਸਿਸ ਜਿਹੜੇ ਨੰਬਰ ਇਸ ਦੇ ਵਿੱਚ ਲੈਟਰ 'ਚ ਲਿਖੇ ਹੋਏ ਆ ਉਹੀ ਉਹ ਕਹਿੰਦੇ ਜੀ ਅਸੀਂ ਇਹਨਾਂ ਤੋਂ ਰਿਕਵਰ ਕਰ ਲਏ, ਸੇਮ ਚੀਜ਼ 17 ਤਰੀਕ ਨੂੰ। ਅਤੇ ਇਹ ਤਾਂ ਉਹਨਾਂ ਨੇ 16 ਨੂੰ ਹੀ ਉਹ ਦਿੱਤੇ ਸੀ ਜੇ ਲਿਖ ਕੇ ਸਾਰੇ ਨੰਬਰ, ਅਤੇ ਕਹਿੰਦੇ ਜੀ ਇਹ ਸਮਗਲ ਹੋਏ ਆ, ਉਹ ਸਮਗਲ ਜਿਹੜੇ ਸੀ ਜੇ ਉਹ ਸਮਗਲ ਹੋਏ ਆ, ਅਤੇ ਇਹਨਾਂ ਨੇ ਇਹ ਜਿਹੜੀ ਫਿਟਿੰਗ ਦੀ ਕਹਾਣੀ ਹੈ ਉਹ ਤਾਂ ਝੂਠੀ ਬਣਾਈ, ਫਿਟਿੰਗ ਦੀ ਕਹਾਣੀ ਇਹ ਹੈ ਕਿ ਇੱਥੋਂ ਦੀ ਸਰਕਾਰ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ, ਭਾਈ ਸਾਹਿਬ ਨੇ ਮੈਨੂੰ ਦੱਸਿਆ ਆਪਦੀ ਮੁਲਾਕਾਤ ਦੇ ਦੌਰਾਨ ਕਿ ਇਹਨਾਂ ਦੇ ਬੰਦੇ ਜਿਹੜੇ ਨੇ ਉਹ ਬਿਨਾਂ ਸਰਚ ਤੋਂ ਪੰਜਾਬ ਸਰਕਾਰ ਦੇ ਆਮ ਆਉਂਦੇ ਨੇ ਉੱਥੇ, ਜਿਹੜੇ ਪੁਲਿਸ ਆਫਿਸਰ ਹੈ ਜਾਂ CID ਆਫਿਸਰ ਜੀ ਨੇ ਜਾਂ ਇਹਨਾਂ ਦੇ ਮੁਲਾਜ਼ਮ ਨੇ ਉਹ ਇਸੇ ਮਹਿਕਮੇ 'ਚ ਹੋਣਗੇ, ਉਹ ਆਮ ਆਉਂਦੇ ਹੈ, ਅਤੇ ਉੱਥੇ ਆ ਕੇ ਇਹ ਜਿਹੜੇ ਉਹ ਸਾਡੀਆਂ ਬੈਰਕਾਂ ਦੇ ਵਿੱਚ ਆਏ, ਇਹ ਨਾ ਤਾਂ ਸੈਂਟਰ ਗੌਰਮੈਂਟ ਨੇ ਫਿੱਟ ਕਰੀਆਂ ਨਾ ਜੇਲ੍ਹ ਨੇ ਫਿੱਟ ਕਰੀਆਂ, ਜੇਲ੍ਹ ਵਾਲਿਆਂ ਨੂੰ ਇਲਮੇ ਨਹੀਂ ਹੈ ਵੀ ਉੱਥੇ ਫਿੱਟ ਹੋ ਗਈਆਂ, ਇਹ ਜਾ ਕੇ ਪੰਜਾਬ ਸਰਕਾਰ ਦੇ ਭਗਵੰਤ ਮਾਨ ਦੀ ਸਰਕਾਰ ਦੇ ਇਹਨਾਂ ਨੇ ਜਾ ਕੇ ਉੱਥੇ ਫਿੱਟ ਕਰਤੇ, ਹਾਂ ਅਧਿਕਾਰੀਆਂ ਨੇ, ਇਹਨਾਂ ਦੀ ਜਾਣਕਾਰੀ ਤੋਂ ਬਿਨਾਂ
ਜਿਹੜੀ ਉੱਥੋਂ ਦੀ ਬੜੀ ਵੱਡੀ ਗੱਲ ਹੈ, ਜਿਹੜੀ ਜੇਲ੍ਹ ਦੀ ਅਥਾਰਟੀ ਆ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ, ਆਸਾਮ ਸਰਕਾਰ ਦੀ ਜਾਣਕਾਰੀ ਤੋਂ ਬਿਨਾਂ ਇਹ ਫਿੱਟ ਹੋ ਉੱਥੇ ਜਾ ਕੇ। ਜਦੋਂ ਫਿਰ ਡੀ ਜੇ ਪੀ ਨੇ ਕਿਹਾ, ਉਹਨੇ ਰਿਪੋਰਟ ਮੰਗੀ ਸੁਮਨਡੈਂਟ ਤੋਂ, ਸੁਮਨਡੈਂਟ ਨੇ ਰਿਪੋਰਟ ਕਰੀ ਲਿਖਤੀ ਤੌਰ 'ਤੇ ਵੀ ਜੀ ਸਾਨੂੰ ਦੱਸਦੀਆਂ ਸੀ ਇੱਥੇ ਕੁਛ ਨਹੀਂ ਲੱਗਿਆ, ਨਾ ਇਹਨਾਂ ਕੋਲੋਂ ਕੋਈ ਬਰਾਮਦ ਹੋਇਆ, ਮੇਰੇ ਸਾਹਮਣੇ ਕੋਈ ਚੀਜ਼ ਕਿਸੇ ਨੇ ਬਰਾਮਦ ਨਹੀਂ ਕੀਤੀ, ਨਾ ਬਰਾਮਦਗੀ ਕੋਈ ਹੋਈ ਹੈ, ਨਾ ਬਰਾਮਦਗੀ ਵਾਲੀ ਕੋਈ ਗੱਲ ਸੀ। ਸੁਮਨਡੈਂਟ ਸੁਮਨਡੈਂਟ ਮੈਨੂੰ ਵੀ ਮਿਲਿਆ, ਡੀ ਜੇ ਪੀ ਜੇ ਉਹ ਡੀ ਜੇ ਪੀ ਵੀ ਮਿਲਿਆ। ਅੱਛਾ ਸੁਮਨਡੈਂਟ ਮਿਲਿਆ, ਉਹ ਕਹਿੰਦਾ ਜੀ ਮੈਂ ਜੀ ਇਹਨਾਂ ਨੂੰ ਰਿਪੋਰਟ ਕਰਤੀ, ਮੇਰੇ ਸਾਹਮਣੇ ਕੋਈ ਬਰਾਮਦ ਨਹੀਂ ਹੋਈ। ਅਤੇ ਸੁਮਨਡੈਂਟ ਦੀ ਉੱਥੇ ਜਿਹੜਾ ਸੁਮਨਡੈਂਟ ਆਲ ਇਨ ਆਲ ਹੈ, ਉਹ ਇੰਚਾਰਜ ਹੈ, ਜੇਲ੍ਹ ਦਾ ਮਾਲਕ ਹੈ, ਉਹਦੀ ਜਿਹੜੀ ਹੈਗੀ ਹੈ ਨੌਲੇਜ ਤੋਂ ਬਿਨਾਂ ਕਿੱਥੋਂ ਬਰਾਮਦ ਜੀ ਰਿਕਵਰੀ ਹੋਊਗੀ। ਜੇ ਹੁਣ ਕਹੇ ਜੀ ਐੱਸ ਐੱਚ ਓ ਤੋਂ ਬਿਨਾਂ ਰਿਕਵਰੀ ਕਰ ਲਈ, ਐੱਸ ਐੱਚ ਓ ਨੂੰ ਪਤਾ ਨਹੀਂ ਹੈ, ਉਹ ਗੱਲ ਤਾਂ ਪੋਸੀਬਲ ਹੀ ਨਹੀਂ ਹੈ, ਉਹ ਤਾਂ ਐੱਸ ਐੱਚ ਓ ਵੀ ਨਹੀਂ ਹੈ ਬਹੁਤ ਵੱਡਾ ਉਹਦਾ ਉਹਦੇ ਕੋਲ, ਅਤੇ ਉਹ ਸਾਰਿਆਂ ਨੇ ਕਿਸੇ ਉਹ ਰਿਕਵਰੀ ਜਿਹੜੀ ਆ ਉਹ ਫਾਲਸ ਦਿਖਾਈ ਹੈ ਇਨ ਸੈਲਫ ਡਿਫੈਂਸ, ਵੀ ਅਸੀਂ ਕਹਿ ਸਕੀਏ ਵੀ ਕਿੱਥੋਂ ਆਏ ਨੇ ਇਹ ਚੀਜ਼ਾਂ। ਜਦੋਂ ਉਹ ਗੱਲ ਇਹ ਹੋ ਗਈ ਤਾਂ ਇਹਨਾਂ ਨੇ ਉੱਥੇ ਕਿਹਾ ਵੀ ਸਾਡੇ ਜਦੋਂ ਨਿੱਜਤਾ 'ਤੇ ਹੋ ਗਿਆ, ਸਾਰਿਆਂ 'ਤੇ ਹੋ ਗਿਆ, ਇਹ ਭਗਵੰਤ ਮਾਨ ਸਰਕਾਰ ਜਿਹੜਾ ਸਾਰਾ ਐਕਸ਼ਨ ਕਰਿਆ, ਮੈਨੂੰ ਭਾਈ ਸਾਹਿਬ ਨੇ ਦੱਸਿਆ, ਮੈਂ ਇੱਥੇ ਸਭ ਦੇ ਸਾਹਮਣੇ ਸਟੇਟ ਕਰਾਉਣਾ ਕਿ ਇਹਦੇ ਲਈ ਇਕੱਲਾ ਅਤੇ ਇਕੱਲਾ ਭਗਵੰਤ ਮਾਨ ਜ਼ਿੰਮੇਵਾਰ ਹੈ। ਜਿਹੜਾ ਵੀ ਐਕਸ਼ਨ ਹੋਇਆ ਇਹ ਹੋਰ ਕਿਸੇ ਨੂੰ ਵਿੱਚ ਇਨਵੋਲਵ ਕਰਦੇ ਆ ਵੀ ਉਹਨੇ ਕਰਿਆ ਬਾਅਦ ਕਰਿਆ, ਇਹ ਭਗਵੰਤ ਮਾਨ ਜ਼ਿੰਮੇਵਾਰ ਹੈ। ਇਹ ਸਾਡੇ ਖਾਣੇ ਦੇ ਵਿੱਚ ਜ਼ਹਿਰ ਦੇ ਸਕਦਾ, ਸਾਨੂੰ ਹੁਣ ਪੱਕਾ ਯਕੀਨ ਹੈ ਕਿ ਭਗਵੰਤ ਮਾਨ ਸਾਡੇ ਖਾਣੇ ਵਿੱਚ ਰੋਟੀ ਦੇ ਵਿੱਚ ਜ਼ਹਿਰ ਦੇ ਕੇ ਸਾਨੂੰ ਇੱਥੇ ਹੀ ਮਾਰਨਾ ਚਾਹੁੰਦਾ ਹੈ। ਅਤੇ ਇਹ ਮਾਰਨ ਦੀ ਜਿਹੜੀ ਇਸ ਦੀ ਹੈਗੀ ਹੈ ਇੱਛਾ, ਉਹ ਸਪਸ਼ਟ ਤੌਰ 'ਤੇ ਪ੍ਰਤੱਖ ਤੌਰ 'ਤੇ ਜ਼ਾਹਰ ਹੈ, ਇਹ ਟ੍ਰੇਲਰ ਕਰਿਆ ਉਸਨੇ। ਅਤੇ ਜੇ ਇਹ ਕਾਮਯਾਬ ਹੁੰਦਾ ਤਾਂ ਅਗਲਾ ਉਸਦਾ ਜੋ ਇਸ ਤਰੀਕੇ ਨਾਲ ਆ ਸਕਦੇ ਆ, ਬਿਨਾਂ ਰੋਡ ਟੋਡ ਤੋਂ ਆ ਸਕਦੇ ਆ, ਬਿਨਾਂ ਸਭ ਤੋਂ ਆ ਸਕਦੇ ਆ, ਉਹਨਾਂ ਨੂੰ ਆਉਣ ਦਾ ਇਖਤਿਆਰ ਨਹੀਂ ਹੈ ਪੰਜਾਬ ਵਾਲਿਆਂ ਨੂੰ, ਉਹ ਐਵੇਂ ਆ ਕੇ ਜਿਹੜਾ ਉੱਥੇ ਕਰੇ। ਅਤੇ ਜੇ ਅਸੀਂ ਮਰਨ ਤੋਂ ਨਹੀਂ ਅਸੀਂ ਡਰਦੇ, ਅਸੀਂ ਸ਼ਹੀਦ ਹੋਣ ਤੋਂ ਨਹੀਂ ਡਰਦੇ, ਪਰੰਤੂ ਅਸੀਂ ਜੇ ਸ਼ਹੀਦ ਹੋਣਾ ਚਾਹੁੰਦੇ ਹਾਂ, ਮਰਨਾ ਚਾਹੁੰਦੇ ਹਾਂ, ਉਹ ਪੰਜਾਬ ਦੀ ਪਾਕ ਪਵਿੱਤਰ ਭੂਮੀ 'ਤੇ ਮਰਨਾ ਚਾਹੁੰਦੇ ਹਾਂ। ਆਸਾਮ ਨੂੰ ਕਿਉਂ ਡਰਦੇ ਹੋ? ਉਹਨਾਂ ਨੇ ਮੈਨੂੰ ਕਿਹਾ ਕਿ ਆਸਾਮ ਦੇ ਲੋਕ ਬਹੁਤ ਵਧੀਆ ਨੇ, ਸਾਰੇ ਮੁਲਾਜ਼ਮ ਵੀ ਵਧੀਆ ਨੇ, ਸਾਰੇ ਵਧੀਆ ਨੇ, ਇਹਨਾਂ ਦੇ ਮੋਢਿਆਂ 'ਤੇ ਰੱਖ ਕੇ ਭਗਵੰਤ ਮਾਨ ਇਹ ਲੜਾਈ ਕਿਉਂ ਲੜ ਰਿਹਾ? ਇਹ ਭਗਵੰਤ ਮਾਨ ਜਿਹੜੀ ਸਾਜ਼ਿਸ਼ ਕਰਦਾ ਉਹ ਸਿੱਧੇ ਤੌਰ 'ਤੇ ਕਰੇ, ਅਸੀਂ ਇੱਥੇ ਪੰਜਾਬ ਦੀ ਧਰਤੀ 'ਤੇ ਸ਼ਹੀਦੀ ਦੇਣ ਨੂੰ ਅਤੇ ਮਰਨ ਨੂੰ ਅਸੀਂ ਤਿਆਰ ਹਾਂ। ਅਸੀਂ ਆਪਣੇ ਪੁਰਖਿਆਂ ਦੀ ਧਰਤੀ 'ਤੇ ਮਰੀਏ, ਆਪਣੇ ਗੁਰੂਆਂ ਦੀ ਧਰਤੀ 'ਤੇ ਮਰੀਏ, ਇੱਥੇ ਸ਼ਹੀਦੀ ਪਾਈਏ। ਇਸ ਲਈ ਅਸੀਂ ਡਿਬਰੂਗੜ੍ਹ ਜੇਲ੍ਹ ਜਿਹੜੀ ਹੈ ਸਾਨੂੰ ਪੰਜਾਬ ਦੀ ਕਿਸੇ ਜੇਲ੍ਹ 'ਚ ਕੈਦ ਕਰ ਲਈ, ਅਸੀਂ ਰਿਹਾਈ ਨਹੀਂ ਮੰਗਦੇ ਵੀ ਸਾਨੂੰ ਰਿਹਾ ਕੀਤਾ ਜਾਵੇ, ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ। ਆਸਾਮ ਦੇ ਵਿੱਚ ਅਤੇ ਲਗਭਗ ਸਾਰੇ ਆਫਿਸਰਜ ਨਾਲ ਟੈਚ 'ਚ ਆਸਾਮ ਦੇ ਮੇਰੇ ਸਾਰਿਆਂ ਨਾਲ ਮੈਂ ਗੱਲਬਾਤ ਕਰੀ ਹੈ। ਮੈਂ 10 ਵਜੇ ਗਿਆ ਅਤੇ 6 ਵਜੇ ਤੱਕ ਰਿਹਾ ਅਤੇ ਸਾਰਿਆਂ ਨਾਲ ਉੱਥੇ ਗੱਲ ਕਰੀ ਹੈ। ਉਹ ਕਹਿੰਦੇ ਜੀ ਬਿਲਕੁਲ ਠੀਕ ਹੈ, ਇਹਨਾਂ ਦਾ ਸਟੈਂਡ ਕੱਲ੍ਹ ਨੂੰ ਇਹ ਪੋਸੀਬਿਲਿਟੀ ਹੋ ਸਕਦੀ ਹੈ, ਇਹ ਸੰਭਵ ਹੈ ਵੀ ਜ਼ਹਿਰ ਦਿੱਤੀ ਜਾਵੇ ਅਤੇ ਉਹਨਾਂ ਨੂੰ ਕਿਹਾ ਜਾਵੇ ਫਿਰ ਮੈਡੀਕਲ ਦੇ ਵਿੱਚ ਲਿਆ ਜਾਵੇ ਅਤੇ ਫਿਰ ਉਹ ਕਿਹਾ ਜਾਵੇ ਜੀ ਇਹ ਕੁਦਰਤੀ ਮੌਤ ਮਰ ਗਏ ਡਿਊ ਟੂ ਫੂਡ ਪੋਇਜ਼ਨਿੰਗ ਮਰ ਗਏ ਜਾਂ ਹੋਰ ਇਹਨਾਂ ਨੇ ਕੋਈ ਪੋਇਜ਼ਨਿੰਗ ਲੈ ਲਈ। ਕੱਲ੍ਹ ਨੂੰ ਕਹਿਣ ਉਹ ਸੁਸਾਈਡ ਕਰ ਲਈ, ਉਹ ਸੁਸਾਈਡ ਉਹ ਕਿਉਂ ਕਰਨਗੇ? ਉਹ ਬਹਾਦਰ ਬੰਦੇ ਆ, ਸੁਸਾਈਡ ਦਾ ਨਹੀਂ, ਉਹ ਬਹਾਨਾ ਬਣਾਉਣਗੇ। ਸੋ ਇਸ ਲਈ ਨਾ ਅਸੀਂ ਕੁਛ ਖਾਂਦੇ ਹਾਂ, ਨਾ ਕੁਛ ਲੈ ਰਹੇ ਹਾਂ, ਅਤੇ ਹੁਣ ਜਿਹੜੇ ਹੈਗੇ ਹੈ ਅਸੀਂ ਇਸ ਦੇ ਵਿੱਚ ਇਸ ਧਰਤੀ 'ਤੇ
ਮਰਨਾ ਹੈ ਨਹੀਂ, ਅਸੀਂ ਪੰਜਾਬ ਦੀ ਧਰਤੀ 'ਤੇ ਮਰਨਾ ਚਾਹੁੰਦੇ, ਅਸੀਂ ਇਹਨਾਂ ਦੀ ਜ਼ਹਿਰ ਨਾਲ ਨਹੀਂ ਮਰਨਾ ਚਾਹੁੰਦੇ। ਸਾਰੇ ਸਿੰਘ ਭੁੱਖ ਹੜਤਾਲ 'ਤੇ ਨੇ ਸਾਰੇ ਸਿੰਘ, ਇੱਕ ਮਿੰਟ। ਅੱਛਾ, ਉਸ ਤੋਂ ਬਾਅਦ ਇਹ ਗੱਲ ਜਿਹੜੀ ਹੈ ਇੱਥੋਂ ਪੈਦਾ ਹੋਈ, ਇੱਥੋਂ ਸ਼ੰਕਾ ਪੈਦਾ ਹੋਈ। ਸ਼ੰਕਾ ਨਹੀਂ ਹੈ, ਪੱਕਾ ਯਕੀਨ ਹੈ ਔਰ ਪੱਕੀ ਗੱਲ ਹੈ ਵੀ ਜ਼ਹਿਰ ਦਿੱਤੀ ਜਾਊ, ਜਿਹਨੂੰ ਉੱਥੋਂ ਦਾ ਸਾਰਾ ਸਟਾਫ ਜਿਹੜਾ ਹੈਗਾ ਇਸ ਨੂੰ ਉਹ ਪ੍ਰਵਾਨ ਕਰਦਾ ਵੀ ਇਹ ਪੋਸੀਬਿਲਿਟੀ ਹੈਗੀ ਹੈ। ਉਸ ਤੋਂ ਬਾਅਦ ਭੁੱਖ ਹੜਤਾਲ ਦਾ ਐਲਾਨ ਕਰਤਾ, ਇਹਨਾਂ ਨੇ ਕਹਿਤਾ ਵੀ ਅਸੀਂ ਕੁਛ ਨਹੀਂ ਖਾਂਦੇ। ਉਸ ਦੇ ਵਿੱਚ ਬਸੰਤ ਸਿੰਘ, ਇੱਕ ਉਸ ਦੇ ਵਿੱਚ ਬਸੰਤ ਸਿੰਘ ਜਿਹੜਾ ਹੈਗਾ ਉਹ ਹੈਗਾ NSA 'ਚ ਡਿਟੇਨ, ਅਤੇ ਉਹ ਆਪਣਾ ਦਲਿਤ ਭਾਈਚਾਰੇ ਨਾਲ, ਆਪਣਾ SC ਭਾਈਚਾਰੇ ਨਾਲ ਸੰਬੰਧਿਤ ਹੈ, ਮਜ਼੍ਹਬੀ ਸਿੰਘ ਹੈ, ਅਤੇ ਉਸ ਨੇ ਪਾਣੀ ਵੀ ਛੱਡਤਾ, ਅਤੇ ਪਾਣੀ ਛੱਡਣ ਕਰਕੇ ਹੁਣ ਉਹ ਬੜੀ ਸੀਰੀਅਸ ਕੰਡੀਸ਼ਨ 'ਚ ਹੈ। ਸਰਦਾਰ ਬਸੰਤ ਸਿੰਘ ਉਹ ਬਹੁਤ ਸੀਰੀਅਸ ਕੰਡੀਸ਼ਨ 'ਚ ਹੈ, ਪਾਣੀ ਵੀ ਛੱਡਿਆ ਹੋਇਆ। ਇਹ ਬਸੰਤ ਸਿੰਘ ਉਹੀ ਹੈ ਜਿਹੜਾ ਇੱਥੇ ਚੀਮੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਜਿਹੜਾ ਹੈਗਾ ਡੀ ਐਡਿਕਸ਼ਨ ਲਈ ਨਸ਼ਾ ਛਡਾਉਣ ਦਾ ਜਿਹੜਾ ਕੈਂਪ ਲਾਇਆ ਹੋਇਆ ਸੀ ਇਹਨਾਂ ਨੇ, ਉਹ ਕੈਂਪ ਦਾ ਉਹ ਪ੍ਰਬੰਧਕ ਸੀ। ਇੱਥੋਂ ਹੀ ਗ੍ਰਿਫਤਾਰੀ ਹੋਈ ਸੀ, ਜਿਹੜਾ ਉੱਥੋਂ ਲੈ ਕੇ ਗਏ ਸੀ ਉਹ ਚੀਮਾ ਪਿੰਡ ਤੋਂ, ਆਪਣਾ ਚੀਮਾ ਜਿਹੜਾ ਜੋਧਪੁਰ ਚੀਮਾ ਹੌਸਪੀਟਲ 'ਚ ਨਹੀਂ ਦਾਖਲ ਕਰਾਇਆ ਗਿਆ? ਨਹੀਂ ਜੀ, ਨਹੀਂ ਹੌਸਪੀਟਲ 'ਚ, ਮੈਂ ਤੁਹਾਨੂੰ ਉਹ ਅੱਗੇ ਆਊਂਗਾ ਅਤੇ ਗੱਲ 'ਤੇ। ਉਸ ਤੋਂ ਬਾਅਦ ਦੂਜਾ ਹੈਗਾ ਭਾਈ ਕੁਲਵੰਤ ਸਿੰਘ ਰਾਉਂਕੇ, ਉਹ ਜਥੇਦਾਰ ਚੜਤ ਸਿੰਘ ਦਾ ਲੜਕਾ ਹੈ। ਜਥੇਦਾਰ ਚੜਤ ਸਿੰਘ ਸਿੱਖ ਸੰਘਰਸ਼ ਵਿੱਚ ਪਹਿਲਾਂ ਸ਼ਹੀਦ ਹੋ ਗਿਆ ਸੀ। ਰਾਉਂਕੇ ਪਿੰਡ ਜਿਹੜਾ ਕਿ ਨਿਹਾਲ ਸਿੰਘ ਵਾਲੇ 'ਚ ਪੈਂਦਾ, ਮੋਗਾ ਜ਼ਿਲ੍ਹੇ 'ਚ ਪੈਂਦਾ, ਉਹ ਰਾਉਂਕੇ ਪਿੰਡ ਦਾ ਹੈਗਾ। ਉਸ ਨੂੰ ਮਿਰਜੀ ਦਾ ਦੌਰੇ ਦਾ ਉਹ ਜਿਹੜਾ ਹੈਗਾ ਮਰੀਜ਼ ਹੈ, ਅਤੇ ਮਿਰਜੀ ਦਾ ਦੌਰਾ ਉਸ ਨੂੰ ਪਿਆ 17 ਤਰੀਕ ਨੂੰ, ਅਤੇ ਉਸ ਦੇ ਵਿੱਚ ਉਹ ਮਿਰਜੀ ਦੇ ਦੌਰੇ ਦੇ ਨਾਲ ਉਸਦੀ ਜੀਭ 'ਤੇ ਕੱਟ ਆ ਗਿਆ, ਜਵਾਨ 'ਤੇ, ਉਹ ਵੀ ਜਿਹੜਾ ਹੈਗਾ ਉਹ ਭੁੱਖ ਹੜਤਾਲ। ਤੀਸਰਾ ਸਰਦਾਰ ਹਰਜੀਤ ਸਿੰਘ, ਉਹ ਸਕੇ ਚਾਚਾ ਜੀ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ, ਅਤੇ ਉਹ ਸ਼ੂਗਰ ਦੇ ਮਰੀਜ਼ ਨੇ, ਅਤੇ ਉਹ ਉਹਨਾਂ ਦੀ ਸ਼ੂਗਰ ਜਿਹੜੀ ਹੈਗੀ ਹੈ, ਕਿਉਂਕਿ ਭੁੱਖ ਹੜਤਾਲ 'ਤੇ ਚਲੇ ਗਏ, ਸ਼ੂਗਰ ਜਿਹੜੀ ਹੈਗੀ ਹੈ ਉਹ ਘੱਟ ਰਹੀ ਹੈ। ਸ਼ੂਗਰ ਘਟਣੀ ਜਿਹੜੀ ਹੈ ਉਹ ਬੜੀ ਖਤਰਨਾਕ ਹੁੰਦੀ ਹੈ, ਸੈਂਟੀਫਿਕ ਗੱਲ ਹੈ, ਅਤੇ ਕਿਸੇ ਵੇਲੇ ਵੀ ਮੌਤ ਹੋ ਸਕਦੀ ਹੈ। ਆਪਣਾ ਸਰਦਾਰ ਹਰਜੀਤ ਸਿੰਘ ਵੀ ਬੜੀ ਸੀਰੀਅਸ ਹਾਲਤ ਵਿੱਚ ਹੈ। ਇਹ ਤਿੰਨ ਸਿੰਘ ਜਿਹੜੇ ਨੇ ਉਹ ਸੀਰੀਅਸ ਹਾਲਤ ਵਿੱਚ ਨੇ। ਬਸ ਹਰਜੀਤ ਸਿੰਘ ਨੇ ਕਿਹੜੇ ਪਿੰਡ ਤੋਂ, ਕਿਹੜੇ ਸ਼ਹਿਰ ਤੋਂ, ਕੀ ਪ੍ਰੋਬਲਮ ਕਰ ਇਹ ਜੀ? ਸੱਚੇ ਚਾਚਾ ਜੀ ਨੇ ਆਪਣਾ ਕੀ ਕਹਿੰਦੇ ਹੁੰਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ, ਜੱਲੂਪੁਰ ਖੇੜਾ ਪਿੰਡ ਦੇ ਰਹਿਣ ਵਾਲੇ ਨੇ। ਜੱਲੂਪੁਰ ਖੇੜਾ ਪਿੰਡ ਜਿਹੜਾ ਹੈ ਉਹ ਖਡੂਰ ਸਾਹਿਬ ਦੇ ਨਾਲ ਹੈ, ਹਾਂ, ਉੱਥੋਂ 16 ਕਿਲੋਮੀਟਰ 'ਤੇ ਹੈ ਜਿਹੜਾ ਇਹਨਾਂ ਦਾ ਜੱਦੀ ਪਿੰਡ ਹੈ। ਇਹਨਾਂ ਦਾ ਜੱਦੀ ਪਿੰਡ ਹੈ। ਤਰਸੇਮ ਸਿੰਘ, ਸਰਦਾਰ ਤਰਸੇਮ ਸਿੰਘ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ, ਉਹਨਾਂ ਦੇ ਸਕੇ ਭਾਈ ਨੇ, ਛੋਟੇ ਭਾਈ ਨੇ, ਇਹ ਆਪਣਾ ਚਾਚਾ ਹਰਜੀਤ ਸਿੰਘ ਜੱਲੂਪੁਰ ਖੇੜਾ ਦੇ, ਊਂ ਇਹ ਕੀ ਕਹਿੰਦੇ ਅੰਮ੍ਰਿਤਸਰ ਤਰਨ ਤਾਰਨ 'ਚ ਆਉਂਦਾ, ਅਤੇ ਖਡੂਰ ਸਾਹਿਬ ਦੇ ਨਾਲ ਹੈ ਉੱਥੇ। ਇਹ ਇਹਨਾਂ ਦੀ ਤਿੰਨਾਂ ਦੀ ਹਾਲਤ ਬੜੀ ਸੀਰੀਅਸ ਹੈ। ਬਾਕੀਆਂ ਦੀ ਜਿਹੜੀ ਹਾਲਤ ਹੈ ਉਹ ਕੋਈ ਚੰਗੀ ਨਹੀਂ ਮੰਨੀ ਜਾ ਸਕਦੀ, ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਹੌਲੀ ਹੌਲੀ ਜਿਹੜੇ ਹੈ ਉਹ ਇੱਧਰ ਨੂੰ ਬੜੀ ਉਹਨਾਂ ਦੀ ਖਤਰਨਾਕ ਬਣਦੀ ਜਾ ਰਹੀ ਹੈ। ਉਹਨਾਂ ਨੇ ਸਪਸ਼ਟ ਕਿਹਾ ਕਿ ਅਸੀਂ ਫੋਰਸਡ ਫੀਡਿੰਗ ਨਹੀਂ ਅਸੀਂ ਹੋਣ ਦੇਣੀ, ਬਈ ਸਾਨੂੰ ਤੁਸੀਂ ਜ਼ਬਰਦਸਤੀ ਜਿਹੜਾ ਹਸਪਤਾਲ ਦੇ ਵਿੱਚ ਤੁਹਾਡੇ ਵੱਲ ਦਾ, ਬਈ ਸਾਨੂੰ ਉੱਥੇ ਲੈ ਕੇ ਜਾਓ ਅਤੇ ਜ਼ਬਰਦਸਤੀ ਸਾਨੂੰ ਖੁਰਾਕ ਦਿਓ, ਇਹ ਅਸੀਂ ਸਹਿਣ ਨਹੀਂ ਕਰਨਾ।
ਸੋ ਹਾਲਾਤ ਬੜੇ ਗੰਭੀਰ ਬਣੇ ਹੋਏ ਨੇ। 16 ਦੇ ਜੀ, 16 ਤਰੀਕ ਤੋਂ, 16 ਤਰੀਕ ਤੋਂ ਚਿੱਠੀ ਦੇ ਕੇ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕਰਤੀ 16 ਤਰੀਕ ਨੂੰ। 17 ਤੋਂ ਨਹੀਂ ਹੋਏ ਉਹ, 16 ਤਰੀਕ ਨੂੰ ਜਿਹੜੀ ਹੈਗੀ ਆ ਭੁੱਖ ਹੜਤਾਲ, ਅਤੇ 16 ਤਰੀਕ ਨੂੰ ਚਲੇ ਗਏ। 16 ਤਰੀਕ ਤੋਂ ਭੁੱਖ ਹੜਤਾਲ, ਦੇਖੋ 16, 17, 18, 19 ਜਿੱਦੇ ਮੈਂ ਗਿਆ 19 ਤਰੀਕ ਨੂੰ, ਉਹਦੇ ਚੌਥਾ ਦਿਨ ਸੀ ਉਹਨਾਂ ਦੀ ਭੁੱਖ ਹੜਤਾਲ ਦਾ, ਜਿਹੜਾ ਸੀ ਚੌਥਾ ਦਿਨ ਸੀ। ਅਤੇ ਹੁਣ ਉਸ ਤੋਂ ਬਾਅਦ 20-21 ਅਤੇ 22 ਆ ਹੋ ਗਈ। ਇਹ ਅੱਜ ਜਿਹੜਾ ਹੈਗਾ, ਇਹ ਸੱਤਵਾਂ ਜਿਹੜਾ ਅੱਜ ਹੈਗਾ, ਇਹ ਸੱਤਵਾਂ ਦਿਨ, ਸੱਤਵਾਂ ਦਿਨ ਜਿਹੜਾ ਹੈਗਾ ਉਹਨਾਂ ਦੀ ਭੁੱਖ ਹੜਤਾਲ ਦਾ ਹੋ ਰਿਹਾ। ਖਾਲਸਾ ਜੀ, ਤੁਹਾਡੀ ਕਿਸੇ ਅਧਿਕਾਰੀ ਨਾਲ ਗੱਲ ਹੋਈ ਹੋਵੇ ਵੀ ਜੋ ਉਹ ਮੰਗਾਂ ਮੰਨ ਰਹੇ ਨੇ ਕੀ ਜੀ, ਵੀ ਪੰਜਾਬ ਲੈ ਕੇ ਆਉਣ ਦੀਆਂ, ਉਹਦੇ ਅਕੋਰਡਿੰਗ ਸਰਕਾਰ ਦੇ ਕੰਨ 'ਤੇ ਜੀਓ ਸਰ ਕੀ? ਨਹੀਂ ਜੀ, ਸਰਕਾਰ ਦੇ ਦੇਖੋ ਜਿਹੜਾ ਭਗਵੰਤ ਦਾ ਅਧਿਕਾਰੀ ਆ ਉਹਦੇ ਨਾਲ ਤਾਂ ਮੇਰੀ ਕੀ ਗੱਲ ਹੋਊਗੀ। ਉਹ ਤਾਂ ਉਹਦਾ ਜਿਹੜਾ ਹੈਗਾ ਮਤਲਬ ਅਧਿਕਾਰੀ ਜਿਹੜਾ ਹੈਗਾ ਉਹਦੀ ਗੱਲ ਮੁਤਾਬਕ ਤੁਰੂਗਾ, ਜਿਵੇਂ ਭਗਵੰਤ ਦੀ ਹੋਵੇ। ਇਹ ਤਾਂ ਮੈਂ ਇੱਥੋਂ ਤੱਕ ਲਿਆਂਦੀ ਹੈ। ਹੁਣ ਅਗਲੀ ਗੱਲ ਸੁਣ ਲਓ, ਜਿਹੜੀ ਮੇਰੇ ਮੂੰਹ ਦੀ ਨਹੀਂ ਹੈ, ਇਹ ਮੇਰਾ ਵਿਚਾਰ ਨਹੀਂ ਹੈ। ਭਾਈ ਸਾਹਿਬ ਨੇ ਮੈਨੂੰ ਦੱਸਿਆ ਬਈ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਸਪਸ਼ਟ ਤੌਰ 'ਤੇ ਕਹਿਣੀ ਹੈ ਕਿ ਕਿਸੇ ਸਿੰਘ ਦਾ ਨੁਕਸਾਨ ਹੋ ਜੇ, ਕਿਸੇ ਸਿੰਘ ਦੀ ਸ਼ਹੀਦੀ ਹੋ ਜੇ, ਮੇਰੀ ਹੋ ਜੇ ਜਾਂ ਹੋਰ ਸਿੰਘ ਦੀ ਸ਼ਹੀਦੀ ਹੋ ਜੇ, ਉਹਦੇ ਲਈ ਮੈਂ ਭਗਵੰਤ ਸਰਕਾਰ ਨੂੰ ਦੋਸ਼ੀ ਨਹੀਂ ਮੰਨਦਾ, ਭਗਵੰਤ ਨੂੰ ਜਾਤੀ ਤੌਰ 'ਤੇ ਦੋਸ਼ੀ ਮੰਨਦਾ। ਇਹ ਗੱਲ ਬੜੀ ਸਪਸ਼ਟਤਾ ਦੇ ਵਿੱਚ ਮੈਨੂੰ ਭਾਈ ਸਾਹਿਬ ਨੇ ਕਹੀ ਹੈ ਕਿ ਭਗਵੰਤ ਜਿਹੜਾ ਹੈ ਮਾਣ, ਉਹ ਜ਼ਿੰਮੇਵਾਰ ਹੋਊ ਕਲਮ ਟੱਲਾ। ਉਹ ਜਿਹੜੀ ਜ਼ਿੰਮੇਵਾਰੀ ਆ ਉਹ ਵੰਡੀ ਨਹੀਂ ਜਾ ਸਕਦੀ, ਵੀ ਆਪਾਂ ਵੰਡਤੀ ਵੀ ਉਹ ਵੀ ਜ਼ਿੰਮੇਵਾਰ ਆ, ਉਹ ਵੀ ਜ਼ਿੰਮੇਵਾਰ ਆ, ਉਹ ਵੀ ਜ਼ਿੰਮੇਵਾਰ ਹੈ, ਕੱਲਾ ਭਗਵੰਤ। ਸਿਰ 'ਤੇ ਸਰਕਾਰ ਤਾਂ ਕੋਈ ਹੈ ਹੀ ਨਹੀਂ ਪੰਜਾਬ ਦੇ ਵਿੱਚ, ਜਿਹੜਾ ਕੁਛ ਭਗਵੰਤ ਕਹਿ ਦਿੰਦਾ ਉਹੀ ਸਰਕਾਰ ਹੈ। ਤੋ ਕੱਲਾ ਭਗਵੰਤੇ ਸਰਕਾਰ ਹੈ, ਭਗਵੰਤੇ ਸਭ ਕੁਛ ਜੋ ਹੈਗਾ ਉਹ ਭਗਵੰਤ ਮਾਨ ਹੈ, ਅਤੇ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੋਊਗੀ। ਜੇ ਅਸੀਂ ਇੱਥੇ ਸ਼ਹੀਦੀ ਪਾ ਜਾਂਦੇ ਹਾਂ ਭੁੱਖ ਹੜਤਾਲ ਦੇ ਨਾਲ ਵੀ, ਤਾਂ ਉਹਦੇ ਲਈ ਅਸਾਮ ਸਰਕਾਰ ਜ਼ਿੰਮੇਵਾਰ ਨਹੀਂ ਹੈ, ਨਾ ਸਾ ਕੋਈ ਜੇਲ੍ਹ ਡਿਪਾਰਟਮੈਂਟ ਜ਼ਿੰਮੇਵਾਰ ਹੈ, ਉਹਦੇ ਲਈ ਸਿਰਫ ਅਤੇ ਸਿਰਫ ਭਗਵੰਤ ਮਾਨ ਜ਼ਿੰਮੇਵਾਰ ਹੈ। ਇਹ ਗੱਲ ਉਹਨਾਂ ਨੇ ਮੈਨੂੰ ਖਾਸ ਤੌਰ 'ਤੇ ਕਹੀ ਹੈ ਵੀ ਸਪਸ਼ਟ ਕਰਕੇ ਕਿਹੋ ਇਹ ਗੱਲ, ਕੋਈ ਇਹਦੇ 'ਚ ਫਰਕ ਨਾ ਰਹਿ ਜੇ ਵੀ ਤੁਸੀਂ ਇਹ ਕਿਹਾ ਵੀ ਭਗਵੰਤ ਮਾਨ ਜ਼ਿੰਮੇਵਾਰ ਹੈ, ਇਕੱਲਾ ਭਗਵੰਤ ਮਾਨ ਉਸ ਲਈ ਜ਼ਿੰਮੇਵਾਰ ਹੈ। ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਵੀ ਕੋਈ ਇੱਥੇ ਡੈਮੋਕ੍ਰੇਸੀ ਨਹੀਂ, ਕੋਈ ਹੋਰ ਨਹੀਂ, ਕੋਈ ਇੱਥੇ ਸਰਕਾਰ ਨਹੀਂ, ਕੋਈ ਕਲੈਕਟਿਵ ਰਿਸਪੋਂਸੀਬਿਲਿਟੀ ਨਹੀਂ, ਜਿਹੜੀ ਸੋਚ ਭਗਵੰਤ ਮਾਨ ਦੀ ਆਉਂਦੀ ਆ ਉਹੀ ਸੋਚ ਹੈ, ਬਾਕੀ ਤਾਂ ਉਹਦੇ ਥੱਲੇ ਡੀਟੋ ਕਰੀ ਜਾਂਦੇ ਆ, ਉਹ ਜੋ ਕੁਛ ਕਿਸੇ ਦੀ ਹਿੰਮਤ ਨਹੀਂ ਬੋਲਣ ਦੀ ਹੋਰ, ਉਹ ਇਕੱਲਾ ਬੰਦਾ ਹੀ ਕਰ ਰਿਹਾ। ਇਹ ਸਾਡੀ ਜਿਹੜੀ ਇੱਥੇ ਗ੍ਰਿਫਤਾਰੀ ਹੈ, ਸਾਡੀ ਇੱਥੇ ਜਿਹੜੀ ਹੈ NSA ਥੱਲੇ ਆ, ਇਹ ਭਗਵੰਤ ਮਾਨ ਨੇ ਕਰੀ ਹੈ। ਹੁਣ ਸਾਡੀ ਜਾਨ ਦਾ ਦੁਸ਼ਮਣ ਵੀ ਭਗਵੰਤ ਮਾਨ ਹੈ, ਅਤੇ ਇਹ ਅਸੀਂ ਜਿਹੜਾ ਇਹਦਾ ਪੂਰਾ ਸੋਚ ਸਮਝ ਕੇ ਸਹੁੰ ਖਾ ਕੇ ਕਰਿਆ, ਅਸੀਂ ਭੁੱਖ ਹੜਤਾਲ ਇਸ ਤਰੀਕੇ ਨਾਲ ਨਹੀਂ ਛੱਡਦੇ ਜਿੰਨਾ ਚਿਰ ਸਾਡੀ ਜੇਲ੍ਹ ਤਬਦੀਲ ਨਹੀਂ ਹੁੰਦੀ, ਭਾਵੇਂ ਸਾਨੂੰ ਪੰਜਾਬ ਦੀ ਉਹ ਕਿਸੇ ਜੇਲ੍ਹ ਦੇ ਵਿੱਚ ਲਏ। ਇਹ ਬੜਾ ਵੱਡਾ ਮੋਰਚਾ ਲੱਗ ਗਿਆ, ਉੱਥੇ ਹੀ ਗੱਲ ਹੋਈ ਸੀ ਜੇਲ੍ਹ 'ਚ ਮੇਰੇ ਨਾਲ ਕਿ ਮੇਰੀ ਮਾਤਾ ਅਤੇ ਹੋਰ ਜਿਹੜੇ ਨੇ ਉਹ ਭੁੱਖ ਹੜਤਾਲ ਕਰ ਰਹੇ ਨੇ। ਉਹਨਾਂ ਦੀ ਮਾਤਾ ਬਲਵਿੰਦਰ ਕੌਰ ਨੇ, ਅਤੇ ਨਾਲ ਪਿਤਾ ਵੀ ਤਰਸੇਮ ਸਿੰਘ ਵੀ ਨੇ, ਅਤੇ ਹੋਰ ਜਿੰਨੇ ਸਿੰਘ ਨੇ ਨਾਲ, ਉਹਨਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਨੇ ਭੁੱਖ ਹੜਤਾਲ ਅੰਮ੍ਰਿਤਸਰ ਸ਼ੁਰੂ ਕਰਤੀ ਦਰਬਾਰ ਸਾਹਿਬ ਦੇ ਬਾਹਰ, ਉੱਥੇ ਉਹਨਾਂ ਦੇ ਚੱਲ ਰਹੀ ਹੈ ਅਤੇ ਇੱਥੇ ਇਹਨਾਂ ਦੀ ਚੱਲ ਰਹੀ ਹੈ। ਇਹਦਾ ਕੋਈ ਸਮਝੌਤਾ ਨਹੀਂ, ਕਿਸੇ ਤਰੀਕੇ ਨਾਲ ਉਹਨਾਂ ਨੇ ਹਿੱਲਣਾ ਨਹੀਂ, ਅਤੇ ਪੰਜਾਬ ਜਿਹੜੀ ਉਹਨਾਂ ਨੇ ਕਿਹਾ ਕਿ ਐਜੀਟੇਸ਼ਨ ਉਹ ਹੈ ਪੰਜਾਬ ਦੇ ਵਿੱਚ ਜਿਹੜੀ ਸਿੱਖ ਮੁੱਦੇ 'ਤੇ ਹੁੰਦੀ ਹੈ, ਸਾਡੀ ਐਜੀਟੇਸ਼ਨ ਜਿਹੜੀ ਆ ਉਹ ਸਿੱਖ ਮੁੱਦੇ 'ਤੇ ਹੈ। ਇਹ ਪੰਜਾਬ ਦੇ ਵਿੱਚ ਵੱਡਾ ਘੱਲੂਘਾਰਾ ਮੰਨਿਆ ਜਾਊ, ਜਿਹੜਾ ਕਿ ਸ਼ਾਂਤਮਈ ਘੱਲੂਘਾਰਾ ਹੈ।
ਪਹਿਲਾਂ ਬਰਾਬਰ ਹੁੰਦਾ ਸੀ, ਉਹ ਕਹਿੰਦੇ ਅਸੀਂ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਹਾਂ, ਸ਼ਾਂਤਮਈ ਤਰੀਕੇ ਨਾਲ ਸ਼ਹੀਦੀ ਪਾਉਣੀ ਹੈ, ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ। ਸੋ ਅਤ ਗੰਭੀਰ ਹਾਲਤ ਹੈ ਪੰਜਾਬ ਦੀ, ਜਿਹੜੇ ਇਹਨੂੰ ਆਮ ਸਮਝ ਰਹੇ ਹੈ ਬਈ ਇਹ ਆਮ ਹਾਲਤ ਚੱਲ ਰਹੀ ਹੈ ਪੰਜਾਬ ਦੇ ਵਿੱਚ, ਅਤ ਗੰਭੀਰ ਹਾਲਤ ਚੱਲ ਰਹੀ ਹੈ ਪੰਜਾਬ ਦੇ ਵਿੱਚ। ਉਹਨਾਂ ਨੇ ਇਹ ਵੀ ਕਿਹਾ ਮੈਨੂੰ ਕਿ ਅਖਬਾਰਾਂ ਰਾਹੀਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਸੰਦੇਸ਼ ਦਿੱਤਾ ਜਾਵੇ ਕਿ ਇਹ ਸਮੇਂ ਪਿੱਛੋਂ ਜਿਹੜੇ ਇਸ ਸਮੇਂ ਗੱਲ ਨਹੀਂ ਕਰਨਗੇ, ਜਿਹੜੇ ਨਹੀਂ ਬੋਲਣਗੇ, ਇਤਿਹਾਸ ਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਹੈਗਾ ਉਹ ਦਰਜ ਕੀਤਾ ਜਾਊ ਕਿ ਉਹਨਾਂ ਨੇ ਇਸ ਸੰਕਟਮਈ ਸਮੇਂ ਕੋਈ ਗੱਲ ਨਹੀਂ ਕਰੀ, ਦੇਖਦੇ ਰਹੇ ਅਤੇ ਸਾਡੀ ਸ਼ਹੀਦੀ ਪਿੱਛੋਂ ਗੱਲ ਕਰਨਗੇ। ਉਹ ਗੱਲ ਜਿਹੜੀ ਹੈਗੀ ਆ ਉਹ ਗੱਲ ਦਾ ਕੋਈ ਇੰਨਾ ਵਜ਼ਨ ਨਹੀਂ ਹੋਣਾ। ਸੋ ਸਾਰੀ ਕੌਮ ਹੁਣ ਜਾਗੇ ਅਤੇ ਸਾਰੀ ਕੌਮ ਇਹ ਦੇਖੇ ਕਿ ਇਹ ਜਿਹੜੀ ਅਤਿ ਗੰਭੀਰ ਮਸਲਾ ਹੈ ਅਤੇ ਇਹਦੇ ਲਈ ਇਕੱਲਾ ਅਤੇ ਇਕੱਲਾ ਭਗਵੰਤ ਮਾਨ ਜ਼ਿੰਮੇਵਾਰ। ਤੁਸੀਂ ਜਥੇਬੰਦੀਆਂ ਦੀ ਗੱਲ ਕਰ ਰਹੇ ਹੋ, ਹਾਂਜੀ, ਸ਼੍ਰੋਮਣੀ ਕਮੇਟੀ ਦੇ ਤੁਸੀਂ ਉਹਨਾਂ ਤੱਕ ਰਾਬਤਾ ਕਾਇਮ ਕਰੋਗੇ, ਜਿਹੜਾ ਸੰਦੇਸ਼ ਦਿੱਤਾ ਭਾਈ ਸਾਹਿਬ ਨੇ, ਤੁਸੀਂ ਜਾਣੂ ਕਰਾਓਗੇ ਤੁਹਾਡੇ ਤੱਕ ਉਹਨਾਂ ਦਾ ਆਪ ਹੀ ਰਾਬਤਾ ਕਾਇਮ ਕਰ ਲੈਣਗੇ, ਇਹਦੇ ਵਿੱਚ ਕੋਈ? ਦੇਖੋ ਜੀ, ਉਹ ਜਾਣੂ ਕਰਾਤਾ ਮਾਤਾ ਬਲਵਿੰਦਰ ਕੌਰ ਨੇ ਜੀ, ਅਤੇ ਸ਼੍ਰੋਮਣੀ ਕਮੇਟੀ ਨੇ ਪੂਰੀ ਹਮਾਇਤ ਦਾ ਐਲਾਨ ਕੀਤਾ, ਉਹਨਾਂ ਦੇ ਬੰਦੇ ਨਾਲ ਸੀ, ਅੱਗੇ ਉਹ ਕਿਵੇਂ ਤੁਰਦੇ ਆ ਇਹ ਉਹਨਾਂ ਨੂੰ ਪਤਾ ਹੋਊ, ਅਤੇ ਉਹ ਸ਼੍ਰੋਮਣੀ ਕਮੇਟੀ ਨੂੰ ਜਾਣੂ ਕਰਾ ਦਿੱਤਾ ਗਿਆ। ਠੀਕ ਹੈ, ਉਹਨਾਂ ਨੇ ਸਾਰੀ ਗੱਲ ਸ਼੍ਰੋਮਣੀ ਕਮੇਟੀ ਨੂੰ ਵੀ ਸਾਰਿਆਂ ਨੂੰ ਇਹਨਾਂ ਨੂੰ ਜਾਣੂ ਕਰਾ ਤਾ, ਉਹਨਾਂ ਨੇ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ। ਜਦੋਂ ਇਹਨਾਂ ਨੇ ਮਰਨ ਵਰਤ ਸ਼ੁਰੂ ਕੀਤਾ ਉਸ ਸਮੇਂ ਉਹ ਸਾਰੇ ਨਾਲ ਸੀ, ਉਸ ਸਮੇਂ ਉਹਨਾਂ ਦੀ ਹਾਜ਼ਰੀ ਸੀ, ਸਹਿਯੋਗ ਦੀ ਉਹਨਾਂ ਨੇ ਕਰੀ ਹੈ, ਅਤੇ ਹੋਰ ਜਥੇਬੰਦੀਆਂ ਜਿਹੜੀਆਂ ਨੇ ਹੌਲੀ ਹੌਲੀ ਆਉਂਦੀਆਂ ਨਹੀਂ ਆਉਂਦੀਆਂ ਆਪਣਾ ਫਰਜ਼ ਉਹ ਪਛਾਣਦੀਆਂ ਨੇ, ਪਰੰਤੂ ਉਹਨਾਂ ਨੇ ਪੱਕਾ ਕਹਿਤਾ ਵੀ ਅਸੀਂ ਕਿਸੇ ਤਰੀਕੇ ਨਾਲ ਪਿੱਛੇ ਨਹੀਂ ਹਟਾਂਗੇ। ਪੰਜਾਬ ਦਾ ਹਾਂਜੀ, ਕਾਨੂੰਨੀ ਲੜਾਈ ਤਾਂ ਜੀ ਉਹ ਜਿਹੜੀ ਆ ਮੈਂ ਉੱਥੇ ਪ੍ਰੈਸ ਕਾਨਫਰੰਸ ਉੱਥੇ ਵੀ ਕੀਤੀ ਸੀ, ਉਹਨਾਂ ਨੂੰ ਸਾਰਿਆਂ ਨਾਲ ਗੱਲ ਕੀਤੀ ਹੈ, ਬਾਕੀ ਹਾਈ ਕੋਰਟ ਦੇ ਵਿੱਚ ਵੀ ਰਿਟ ਹੋਜੂ, ਉਹ ਤਾਂ ਇੱਕ ਕਾਨੂੰਨੀ ਲੜਾਈ ਹੈ, ਪਰੰਤੂ ਮੈਂ ਸਮਝਦਾ ਕਿ ਕਾਨੂੰਨੀ ਲੜਾਈ ਦੇ ਨਾਲੋਂ ਵੱਡੀ ਜਿਹੜੀ ਆ ਉਹ ਸੰਗਤ ਦੀ ਲੜਾਈ ਹੈ, ਉਹ ਜਨਤਕ ਲੜਾਈ ਹੈ, ਜਿਹੜੀ ਪ੍ਰੈਸ ਨੇ ਲੜਨੀ ਹੈ, ਸੰਗਤ ਨੇ ਲੜਨੀ ਆ, ਉਹਦੇ ਨਾਲੋਂ ਮਜ਼ਬੂਤ ਲੜਾਈ ਹੋਊ। ਕਾਨੂੰਨੀ ਤੌਰ 'ਤੇ ਤਾਂ ਬਹੁਤ ਲੰਬਾ ਕੰਮ ਹੁੰਦਾ ਜੀ। ਹਾਂਜੀ ਹਾਂ, ਦਿੱਤੀ ਹੈ ਜੀ, ਆਹੀ ਜਿਹੜੀ ਮੈਂ ਤੁਹਾਨੂੰ ਦਿਖਾਈ ਹੈ ਲਿਆਂਦੀ ਹੈ ਜੀ, ਆਹ ਆਹ ਲਓ ਜੀ, ਆਹ ਲਓ, ਆਹ ਸਿੱਧੀ ਸ਼ਿਕਾਇਤ ਕੀਤੀ ਹੈ ਜੀ ਉਹ ਨਾ ਜੀ, ਉਹ ਅਧਿਕਾਰੀ ਉਹ ਕਿਹੜਾ ਪਛਾਣਦੇ ਆ, ਉਹ ਤਾਂ ਇਹਦੇ ਬੰਦੇ।